ਦੋ ਬਦਮਾਸ਼ਾਂ ਦੇ ਵੱਲੋਂ ਇੱਕ ਨੌਜਵਾਨ ਤੇ ਤੇਜ਼ਾਬ ਸੁੱਟਿਆ ਗਿਆ। ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਐਕਟਿਵਾ ਤੇ ਆਏ ਇਹ ਨੌਜਵਾਨਾਂ ਦੇ ਵੱਲੋਂ ਵਾਰਦਾਤ ਕੀਤੀ ਗਈ। ਨੌਜਵਾਨ ਸੜਕ ਤੇ ਤੜਫਦਾ ਰਿਹਾ। ਆਲੇ ਦੁਆਲੇ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਕਾਹਲੀ ਦੇ ਨਾਲ ਨੌਜਵਾਨ ਦੇ ਕੱਪੜੇ ਉਤਾਰ ਦਿੱਤੇ। ਪਟਿਆਲਾ ਦੇ ਸਨੌਰ ਦੇ ਵਿੱਚ ਤੜਕੇ ਤੜਕੇ ਇਹ ਵੱਡੀ ਵਾਰਦਾਤ ਹੋਈ। ਤੇਜ਼ਾਬ ਨੌਜਵਾਨ ਦੇ ਸਰੀਰ ਤੇ ਪੈ ਗਿਆ ਜਿਸ ਤੋਂ ਬਾਅਦ ਉਹ ਤੜਫਦਾ ਰਿਹਾ। ਜਲਦੀ ਹੀ ਉਸਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪੀੜਤ ਨੌਜਵਾਨ ਦਾ ਨਾਮ ਨਿਖਿਲ ਦੱਸਿਆ ਜਾ ਰਿਹਾ, ਜਿਹੜਾ ਹਲਕਾ ਸਨੌਰ ਦਾ ਹੀ ਰਹਿਣ ਵਾਲਾ ਹੈ। ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਸਾਫ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਪੂਰਾ ਪਲਾਨ ਬਣਾ ਕੇ ਇਹਨਾਂ ਬਦਮਾਸ਼ਾਂ ਨੇ ਇਸ ਨੌਜਵਾਨ ਤੇ ਤੇਜ਼ਾਬ ਸੁੱਟਿਆ। ਇੱਕ ਸਕੂਟੀ ਤੇ ਸਵਾਰ ਹੁੰਦਾ ਤੇ ਦੋ ਜਾਣੇ ਇਸ ਵਾਰਦਾਤ ਨੂੰ ਕਰਕੇ ਆਉਂਦੇ ਨੇ ਔਰ ਇੱਕਦਮ ਸਕੂਟੀ ਤੇ ਬੈਠ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਪਟਿਆਲਾ ਦੇ ਕਸਬਾ ਸਨੌਰ ਦੇ ਵਿੱਚ ਇਹ ਤੜਕੇ ਤੜਕੇ ਵੱਡੀ ਵਾਰਦਾਤ ਹੋਈ। ਨਿਖਿਲ ਸਿੰਗਲਾ ਨਾਮ ਦਾ ਵਿਅਕਤੀ ਹੈ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜੀ। ਇਹ ਸਨੌਰ ਦਾ ਰਹਿਣ ਵਾਲਾ, ਬਾਜ਼ਾਰ ਦਾ, ਸਦਰ ਬਾਜ਼ਾਰ ਦਾ। ਇਹ ਸਵੇਰੇ ਕੋਈ ਅਨਨੋਨ ਬੰਦੇ ਆਏ ਆ ਦੋ ਤਿੰਨ, ਇਹਨਾਂ ਨੇ ਦੁਕਾਨ ਓਪਨ ਕਰੀ ਹੈ ਅਤੇ ਦੈਨ ਉਹਨਾਂ ਨੇ ਇੱਥੇ ਅੰਦਰ ਜਾ ਕੇ ਕੋਈ ਸਮਾਨ ਲੈਣ ਦੇ ਬਹਾਨੇ ਇੱਥੇ ਆਸਰੇ ਅਟੈਕ ਕੀਤਾ। ਪੈਸੇ ਠੀਕ ਆ ਦੇ ਲੈ ਕੇ ਰਾਈਟ 'ਤੇ, ਅਤੇ ਹੱਥਾਂ 'ਤੇ ਇੱਕ ਗਰਦਨ ਦੇ ਉੱਪਰ ਉਹਦਾ ਅਸਰ ਹੋਇਆ ਤੇ ਬਾਕੀ ਆਊਟ ਆਫ ਡੇਂਜਰ ਹੈ। ਕਿੱਥੇ ਜਾ ਰਹੀ ਪੰਜਾਬ ਸਿੱਟੇ ਆ ਹੋਰ ਕੁਝ ਸਿੱਟੇ ਜੀ ਤੇਜ਼ਾਬ ਹੀ ਜੀ। ਸਰ ਕੋਈ ਵੀ ਜਾਣਕਾਰੀ ਵਿੱਚ ਆਏਗੀ ਪੁਰਾਣੀ ਰੰਜੀਸ਼ ਹੈ ਕਿ ਕਿਉਂ ਟਾਰਗੇਟ ਕਿਉਂ ਬਣਾਇਆ ਗਿਆ? ਦੇਖੋ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਸ ਸੰਬੰਧੀ, ਜੋ ਵੀ ਸਾਹਮਣੇ ਆਏਗਾ ਜਿਸ ਦਾ ਅਸੀਂ ਕਾਰਵਾਈ ਕਰ। ਕੋਈ ਸੀਸੀਟੀਵੀ ਫੁਟੇਜ ਵੀ ਪੁਲਿਸ ਲੈ ਰਹੇ ਹਾਂ? ਸਾਰਾ ਸੀਸੀਟੀਵੀ ਵੀ ਲੈ ਰਹੇ ਹਾਂ, ਮੌਕੇ ਤੋਂ ਪੁੱਛ ਵੀ ਰਹੇ ਹਾਂ ਅਤੇ ਬੰਦਿਆਂ ਨੂੰ ਜਿਹੜੇ ਰਸਤੇ ਜਿੱਥੋਂ ਦੀ ਹੈਗੇ ਉਹ ਸੀਸੀਟੀਵੀ ਸਾਰੀ ਫੁਟੇਜ ਕਲੈਕਟ ਕਰ ਰਹੇ ਹਾਂ ਅਸੀਂ। ਦੈਨ ਜੋ ਸਾਡੀ ਇਹਦੇ ਬਿਆਨਾਂ ਤੋਂ ਬਾਅਦ ਜੋ ਕਾਰਵਾਈ ਬਣਦੀ ਹੈ। ਮੇਰਾ ਨਾਮ ਚਿਰਾਗ ਹੈ, ਮੇਰਾ ਬ੍ਰਦਰ ਐਡਮਿਟ ਹੈ। ਸਵੇਰੇ ਸ਼ੋਪ 'ਤੇ ਦੋ ਮੁੰਡੇ ਆਏ ਸੀ, ਤੇਜ਼ਾਬ ਸੁੱਟ ਗਏ। ਜੇ ਉਹਦੀ ਅੱਖ 'ਤੇ ਕੁਛ ਹੋ ਜਾਂਦਾ ਤਾਂ ਕੌਣ ਕਾਰਵਾਈ ਕਰਦਾ? ਠੀਕ ਹੈ, ਜਿਹੜਾ ਵੀ ਬੰਦਾ ਆਏਗਾ ਉਹ ਜਿਹੜਾ ਵੀ ਮੁਜਰਿਮ ਹੈ ਉਹਨੂੰ ਪਲੀਜ਼ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਹਾਲੇ ਸਾਡੇ 'ਤੇ ਹੋਇਆ, ਨਾਲ ਵੀ ਦੋ ਸ਼ੋਪਸ ਹੈ, ਨਾਲ ਵੀ ਬੱਚੇ ਹੈ, ਜੇ ਉਹਨਾਂ 'ਤੇ ਪੈ ਜੇ ਤਾਂ ਕੀ ਕਾਰਵਾਈ ਹੈ? ਪੁਲਿਸ ਕਿੱਥੇ ਤੱਕ ਹੈ? ਗੱਲ ਕਰੀ ਜਾਵੇ ਜਿਸ 'ਤੇ ਤੇਜ਼ਾਬ ਗਿਰਿਆ, ਉਹਦਾ ਕੀ ਨਾਮ ਹੈ? ਉਹਦਾ ਨਾਮ ਨਿਖਿਲ ਹੈ, ਉਹ ਮੇਰਾ ਛੋਟਾ ਬ੍ਰਦਰ ਹੈ। ਬਾਹਰ ਦਾ ਤਾਂ ਇਹ ਜੀ ਦੋ ਮੁੰਡੇ ਲੜਕੇ ਆਏ ਸਵੇਰੇ ਅਤੇ ਉਹ ਤੇਜ਼ਾਬ ਸੁੱਟ ਕੇ ਚਲੇ ਗਏ। ਪ੍ਰਸ਼ਾਸਨ ਅੱਗੇ ਮੰਗ ਇਹੀ ਹੈ ਜੀ, ਪਹਿਲਾਂ ਜਲਦ ਤੋਂ ਜਲਦ ਉਹਨਾਂ ਨੂੰ ਫੜਿਆ ਜਾਵੇ ਜੀ, ਤੇ ਥਾਣੇ ਦੇ ਬਿਲਕੁਲ ਨੇੜੇ ਹੈ ਸਾਡੀ ਦੁਕਾਨ, 300 ਕਦਮ ਵੀ ਨਹੀਂ ਹੋਣੇ। ਦੋ ਬਦਮਾਸ਼ਾਂ ਦੇ ਵੱਲੋਂ ਇੱਕ ਨੌਜਵਾਨ ਤੇ ਤੇਜ਼ਾਬ ਸੁੱਟਿਆ ਗਿਆ। ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਐਕਟਿਵਾ ਤੇ ਆਏ ਇਹ ਨੌਜਵਾਨਾਂ ਦੇ ਵੱਲੋਂ ਵਾਰਦਾਤ ਕੀਤੀ ਗਈ। ਨੌਜਵਾਨ ਸੜਕ ਤੇ ਤੜਫਦਾ ਰਿਹਾ। ਆਲੇ ਦੁਆਲੇ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਕਾਹਲੀ ਦੇ ਨਾਲ ਨੌਜਵਾਨ ਦੇ ਕੱਪੜੇ ਉਤਾਰ ਦਿੱਤੇ। ਪਟਿਆਲਾ ਦੇ ਸਨੌਰ ਦੇ ਵਿੱਚ ਤੜਕੇ ਤੜਕੇ ਇਹ ਵੱਡੀ ਵਾਰਦਾਤ ਹੋਈ। ਤੇਜ਼ਾਬ ਨੌਜਵਾਨ ਦੇ ਸਰੀਰ ਤੇ ਪੈ ਗਿਆ ਜਿਸ ਤੋਂ ਬਾਅਦ ਉਹ ਤੜਫਦਾ ਰਿਹਾ। ਜਲਦੀ ਹੀ ਉਸਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪੀੜਤ ਨੌਜਵਾਨ ਦਾ ਨਾਮ ਨਿਖਿਲ ਦੱਸਿਆ ਜਾ ਰਿਹਾ, ਜਿਹੜਾ ਹਲਕਾ ਸਨੌਰ ਦਾ ਹੀ ਰਹਿਣ ਵਾਲਾ ਹੈ। ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਸਾਫ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਪੂਰਾ ਪਲਾਨ ਬਣਾ ਕੇ ਇਹਨਾਂ ਬਦਮਾਸ਼ਾਂ ਨੇ ਇਸ ਨੌਜਵਾਨ ਤੇ ਤੇਜ਼ਾਬ ਸੁੱਟਿਆ। ਇੱਕ ਸਕੂਟੀ ਤੇ ਸਵਾਰ ਹੁੰਦਾ ਤੇ ਦੋ ਜਾਣੇ ਇਸ ਵਾਰਦਾਤ ਨੂੰ ਕਰਕੇ ਆਉਂਦੇ ਨੇ ਔਰ ਇੱਕਦਮ ਸਕੂਟੀ ਤੇ ਬੈਠ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਪਟਿਆਲਾ ਦੇ ਕਸਬਾ ਸਨੌਰ ਦੇ ਵਿੱਚ ਇਹ ਤੜਕੇ ਤੜਕੇ ਵੱਡੀ ਵਾਰਦਾਤ ਹੋਈ। ਇਹਨਾਂ ਨਿਖਿਲ ਸਿੰਗਲਾ ਨਾਮ ਦਾ ਵਿਅਕਤੀ ਹੈ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜੀ। ਇਹ ਸਨੌਰ ਦਾ ਰਹਿਣ ਵਾਲਾ, ਬਾਜ਼ਾਰ ਦਾ, ਸਦਰ ਬਾਜ਼ਾਰ ਦਾ। ਇਹ ਸਵੇਰੇ ਕੋਈ ਅਨਨੋਨ ਬੰਦੇ ਆਏ ਆ ਦੋ ਤਿੰਨ, ਇਹਨਾਂ ਨੇ ਦੁਕਾਨ ਓਪਨ ਕਰੀ ਹੈ ਅਤੇ ਦੈਨ ਉਹਨਾਂ ਨੇ ਇੱਥੇ ਅੰਦਰ ਜਾ ਕੇ ਕੋਈ ਸਮਾਨ ਲੈਣ ਦੇ ਬਹਾਨੇ ਇੱਥੇ ਆਸਰੇ ਅਟੈਕ ਕੀਤਾ।
ਵੈਸੇ ਠੀਕ ਆ ਦੇ ਲੈ ਕੇ ਰਾਈਟ 'ਤੇ ਅਤੇ ਹੱਥਾਂ 'ਤੇ ਇੱਕ ਗਰਦਨ ਦੇ ਉੱਪਰ ਉਹਦਾ ਅਸਰ ਹੋਇਆ ਅਤੇ ਬਾਕੀ ਆਊਟ ਆਫ ਡੇਂਜਰ ਹੈ। ਕਿੱਥੇ ਜਾ ਰਹੀ ਪੰਜਾਬ ਸਿੱਟੇ ਜਾਂ ਹੋਰ ਕੁਛ ਸਿੱਟੇ ਜੀ? ਤੇਜਾਬ ਹੀ ਜੀ ਸਰ। ਕੋਈ ਵੀ ਜਾਣਕਾਰੀ ਵਿੱਚ ਆਏਗੀ ਪੁਰਾਣੀ ਰੰਜਿਸ਼ ਹੈ ਕਿ ਕਿਉਂ ਟਾਰਗੇਟ ਕਿਉਂ ਬਣਾਇਆ ਗਿਆ? ਦੇਖੋ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਸ ਸੰਬੰਧੀ, ਜੋ ਵੀ ਸਾਹਮਣੇ ਆਏਗਾ ਜਿਸ ਅਧਾਰ ਨਾਲ ਅਸੀਂ ਕਾਰਵਾਈ ਕਰ। ਕੋਈ ਸੀ ਸੀ ਟੀ ਫੁਟੇਜ ਵੀ ਪੁਲਿਸ ਲੈ ਰਹੇ ਹਾਂ? ਸਾਰਾ ਸੀ ਸੀ ਟੀ ਵੀ ਲੈ ਰਹੇ ਹਾਂ, ਮੌਕੇ ਤੋਂ ਪੁੱਛ ਵੀ ਰਹੇ ਹਾਂ ਅਤੇ ਬੰਦਿਆਂ ਨੂੰ ਜਿਹੜੇ ਰਸਤੇ ਜਿੱਥੋਂ ਦੀ ਹੈਗੇ ਉਹ ਸੀ ਸੀ ਟੀ ਵੀ ਸਾਰੀ ਫੁਟੇਜ ਕਲੈਕਟ ਕਰ ਰਹੇ ਹਾਂ ਅਸੀਂ, ਦੈਨ ਜੋ ਸਾਡੀ ਇਹਦੇ ਬਿਆਨਾਂ ਤੋਂ ਬਾਅਦ ਜੋ ਕਾਰਵਾਈ ਬਣਦੀ ਹੈ। ਮੇਰਾ ਨਾਮ ਚਿਰਾਗ ਹੈ, ਮੇਰਾ ਬ੍ਰਦਰ ਐਡਮਿਟ ਹੈ। ਸਵੇਰੇ ਸ਼ੋਪ 'ਤੇ ਦੋ ਮੁੰਡੇ ਆਏ ਸੀ ਤੇਜ਼ਾਬ ਸੁੱਟ ਗਏ, ਜੇ ਉਹਦੀ ਅੱਖ 'ਤੇ ਕੁਛ ਹੋ ਜਾਂਦਾ ਤਾਂ ਕੌਣ ਕਾਰਵਾਈ ਕਰਦਾ? ਠੀਕ ਹੈ, ਜਿਹੜਾ ਵੀ ਬੰਦਾ ਆਏਗਾ ਜਿਹੜਾ ਵੀ ਮੁਜਰਿਮ ਹੈ ਉਹਨੂੰ ਪਲੀਜ਼ ਸਖ਼ਤ ਤੋਂ ਸਖ਼ਤ ਸਜ਼ਾ ਦੀ ਜਾਵੇ, ਤਾਂ ਜੋ ਹਾਲੇ ਸਾਡੇ 'ਤੇ ਹੋਇਆ ਨਾਲ ਵੀ ਦੋ ਸ਼ੋਪਸ ਹੈ ਨਾਲ ਵੀ ਬੱਚੇ ਹੈ, ਜੇ ਉਹਨਾਂ 'ਤੇ ਪੈ ਜਾਵੇ ਤਾਂ ਕੀ ਕਾਰਵਾਈ ਹੈ? ਪੁਲਿਸ ਕਿੱਥੇ ਤੱਕ ਹੈ? ਗੱਲ ਕਰੀ ਜਾਵੇ ਜਿਸ 'ਤੇ ਤੇਜ਼ਾਬ ਗਿਰਿਆ ਉਹਦਾ ਕੀ ਨਾਮ ਹੈ? ਉਹਦਾ ਨਾਮ ਨਿਖਿਲ ਹੈ, ਉਹ ਮੇਰਾ ਛੋਟਾ ਬ੍ਰਦਰ ਹੈ। ਬਾਹਰ ਦਾ ਤਾਂ ਇਹੀ ਜੀ, ਦੋ ਮੁੰਡੇ ਲੜਕੇ ਆਏ ਸਵੇਰੇ ਅਤੇ ਉਹ ਤੇਜ਼ਾਬ ਛੁੱਟ ਕੇ ਚਲੇ ਗਏ। ਪ੍ਰਸ਼ਾਸਨ ਅੱਗੇ ਮੰਗ ਇਹੀ ਹੈ ਜੀ, ਪਹਿਲਾਂ ਜਲਦ ਤੋਂ ਜਲਦ ਉਹਨਾਂ ਨੂੰ ਫੜਿਆ ਜਾਵੇ ਜੀ, ਅਤੇ ਥਾਣੇ ਦੇ ਬਿਲਕੁਲ ਨੇੜੇ ਹੈ ਸਾਡੀ ਦੁਕਾਨ, 300 ਕਦਮ ਵੀ ਨਹੀਂ ਹੋਣੇ।